ਸਾਰੇ ਜਣੇ ਨਾ ਮੇਰੀ ਗੱਲ ਧਿਆਨ ਨਾਲ ਸੁਣ ਲਓ। ਤਿੰਨ ਗਲੀਆਂ ਵਾ ਤੇ ਤਿੰਨਾਂ ਗਲੀਆਂ ਚੋਂ ਕੋਈ ਘਰ ਇਦਾਂ ਦਾ ਨਹੀਂ ਹੋਣਾ ਚਾਹੀਦਾ ਜਿੱਥੇ ਆਪਾਂ ਗ੍ਰਹਿ ਨਾ ਕਰੀਏ। ਆ ਟਿੱਡੇ ਜੇ ਨੂੰ ਪਹਿਲਾਂ ਇਹਨੂੰ ਤਾਂ ਆਪਾਂ ਨਾਲ ਲੈ ਕੇ ਆਏ ਆ, ਇਹਨੂੰ ਕਹਿਣਾ ਪਹਿਲਾਂ ਬਿੱਲ ਮਾਰਦਿਆ ਕਰੂਗਾ, ਇੱਕ ਤੋਂ ਪੈਸੇ ਇਕੱਠੇ ਕਰੋ, ਦੂਜਾ ਦਰਵਾਜ਼ਾ ਖੋਲ ਲੈਂਦਾ ਵਾ। ਹਲੇ ਹਰੇਕ ਨੂੰ ਗੱਲ ਚੰਗੀ ਤਰ੍ਹਾਂ ਸਮਝਾਉਣੀ ਆ। ਸ਼ਿੰਦਿਆ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਲਾ, ਪੁੱਤ ਪਿਛਲੀ ਵਾਰੀ ਭੱਜ ਗਿਆ ਸੀਗਾ ਨਾ, ਐਤਕੀ ਨਹੀਂ ਭੱਜਣ ਦੇਣਾ ਮੈਂ। ਤੀਸਰੀ ਗਲੀ ਸਾਰੇ ਪੈਸੇ ਤੇਰੇ ਕੋਲ ਲੈਣੇ, ਮੈਂ ਇੱਥੇ ਮਿਲਣਾ ਵਾ। ਗੱਲ ਸੁਣੋ ਗੱਲ ਸੁਣੋ, ਪ੍ਰਧਾਨ ਕੌਣ ਆ? ਮੈਂ ਨਾ ਪ੍ਰਧਾਨ, ਤੁਸੀਂ ਸਾਰੇ ਜਣੇ ਅੱਗੇ ਗੱਲ ਤੁਰੇ ਜਾਂਦੇ, ਪਿੱਛੇ ਰਹਿਣਾ ਯਾਰ ਤੁਸੀਂ। ਇੱਧਰ ਇੱਧਰ ਗੱਲ ਨਹੀਂ ਬਣਦੀ ਉਹ ਨਾਲੇ, ਇਹ ਗੱਲ ਹੋਰ ਸੁਣੋ। ਆ ਜਿਹੜਾ ਪਹਿਲਾ ਘਰ ਹੈਗਾ ਨਾ, ਇੱਥੇ ਆਪਾਂ ਜਾਣਾ ਨਹੀਂ ਹੈਗਾ, ਸਾਰੇ ਬੰਦਿਆਂ ਨੂੰ ਨਾਲ ਦੇਣ ਦੱਸਣ ਬਹਿ ਜਿਓਗੇ ਤੇ ਇਹਨਾਂ ਆਪਣੀ ਬਣਦੀ ਨਹੀਂ ਹੈਗੀ ਯਾਰ। ਇਹਨਾਂ ਪਤਾ ਆਪਣੀਆਂ ਕਰਤੂਤਾਂ ਦਾ ਆਪਾਂ ਕੀ ਕੁਝ ਕਰਦੇ ਆ। ਨਹੀਂ ਹੁਣ ਖੜੇ ਕੀ ਦੇਖਦੇ ਆ, ਬਿੱਲ ਮਾਰੋ ਨਾ ਯਾਰ। ਨਹੀਂ ਪ੍ਰਧਾਨ ਵੀ ਮੈਂ, ਬਿੱਲ ਵੀ ਮੈਂ ਮਾਰਾਂ, ਫਿਰ ਤੁਹਾਡੇ ਤੇ ਮੇਰੇ 'ਚ ਫਰਕ ਕੀ ਆ ਹੈ? ਨਹੀਂ ਮੈਂ ਫਿਰ ਮੇਲੇ ਦੇ ਟੈਂਟ ਲਾਉਣ ਚੋਗੇ ਰਹਿ ਗਿਆ। ਛੋਟੇ ਬਿੱਲ ਮਾਰ ਮੇਰੇ ਪਾਸ। ਓਏ ਆਉਣਾ ਆ ਕਿ ਹੁਣ ਬਿੱਲ ਹੀ ਬਾਹਰ ਕੱਢ ਦੇਣੀ ਆ ਪਿੱਲਰ 'ਚੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਾ ਕਦੀ ਮੇਲਾ ਆ ਤੇ ਉਹਦੀ ਨਾ ਗ੍ਰਾਈ ਇਕੱਠੀ ਕਰਦੇ ਪੋਸਟਰ ਦੋ ਨਾ। ਇਹ ਕੀ ਚੀਜ਼ ਆ ਜੀ? ਹਾਂਜੀ ਮੇਲਾ ਆ ਜੀ, ਮੇਲਾ ਆ। ਅੱਛਾ ਹਾਂਜੀ, ਬਾਬਾ ਭੂੰਡ ਭੜਕੀਲਾ ਜੀ, ਉਹਨਾਂ ਨੇ ਭੜਕਾਇਆ ਤੁਹਾਨੂੰ ਇੱਦਾਂ ਪੈਸੇ ਮੰਗਣ ਨੂੰ? ਨਹੀਂ ਨਹੀਂ, ਅਸੀਂ ਨਾ ਸ਼ਰਧਾ ਨਹੀਂ ਰੱਖਦੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਅੱਗੇ, ਕੋਈ ਗੱਲ ਨਹੀਂ, ਕੋਈ ਧੰਨਵਾਦ, ਮਿਹਰਬਾਨੀ। ਪ੍ਰਧਾਨ ਜੀ ਦਾ ਅਗਲਾ ਘਰ ਆ। ਹਾਂਜੀ ਉਹ ਹੀ ਦਿੰਦੇ ਹੁੰਦੇ ਸਾਡੀ ਸੋਸਾਇਟੀ ਦੇ ਜਿੰਨੇ ਵੀ ਪੈਸੇ ਹੁੰਦੇ ਆ ਨਾ, ਉਹਨਾਂ ਤੋਂ ਮੰਗਿਆ ਕਰੋ, ਤਾਂ ਘਰ ਕਰਨਾ ਆਇਆ ਕਰੋ। ਠੀਕ ਹੈ ਜੀ, ਉਹ ਕੋਈ ਚੱਕਰ ਨਹੀਂਗਾ, ਉਹਦੀ ਸ਼ਕਲ ਵੇਖ ਕੇ ਲੱਗਣ ਦਾ ਰੀ ਚੜਿਆ, ਇਹਨੇ ਪੈਸੇ ਉਦਾਂ ਨਹੀਂ ਕੱਢਣੇ, ਦੇ ਵੀ ਦਿਨ ਤਾਂ 10 ਰੁਪਏ ਸਾਰੇ। ਚਲੋ ਕੋਈ ਚੱਕਰ ਨਹੀਂਗਾ, ਆਪਾਂ ਅਗਲੇ ਘਰ ਚੱਲਦੇ ਹਾਂ। ਮਾਰ ਬੈਲ ਮਾਰ ਬੈਲ, ਅੱਗੇ ਹੋ ਕੇ ਬੈਲ ਮਾਰੀ ਦੀ ਹੁੰਦੀ ਆ। ਸਤਿ ਸ਼੍ਰੀ ਅਕਾਲ ਬੇਟਾ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਪੁੱਤਰ ਪਾਪਾ ਹੈਗੇ ਘਰੇ? ਪਾਪਾ ਪਾਪਾ ਕਹਿੰਦੇ ਮੈਂ ਘਰੇ ਨਹੀਂ ਹੈਗਾ, ਤੁਸੀਂ ਸ਼ਾਮ ਨੂੰ ਆ ਜਿਓ। ਅੱਛਾ ਪਾਪਾ ਜੀ ਕਹਿੰਦੇ ਕਿ ਮੈਂ ਘਰੇ ਨਹੀਂ ਹੈਗਾ। ਹੈ ਠੀਕ ਹੈ, ਓਏ ਪੈਰੀ ਹੱਥ ਲਾਓ। ਬਸ ਬਸ ਪੁੱਤਰ ਬਸ, ਆ ਪੋਸਟਰ ਫੜਾਓ ਵੀ। ਮਾਤਾ ਜੀ ਮੇਲਾ ਲੱਗਣਾ ਆਪਣੇ, ਇਹ ਜੋ ਜੋ ਸ਼ਰਧਾ ਹੋਵੇ ਉਹ ਤੁਹਾਡੇ ਚਰਨਾਂ 'ਚ ਹੈ ਜੀ। ਨਹੀਂ ਪੁੱਤਰ ਪਤਾ ਕੀ ਗੱਲ ਆ, ਅਸੀਂ ਨਾ ਦਾਲ ਤੇ ਆਟਾ ਚੜਾਉਣਾ ਹੁੰਦਾ ਆ, ਸਾਡੇ ਅੰਕਲ ਉੱਥੇ ਸੇਵਾ ਫੜਾਉਂਦੇ ਆ। ਅੱਛਾ ਅੱਛਾ, ਮੇਲੇ 'ਚ ਪਹੁੰਚਾਓਗੇ? ਨਹੀਂ, ਤੁਹਾਡੇ ਸਾਰਾ ਟੱਬਰ ਬਹੁਤ ਸ਼ਰਧਾ ਰੱਖਦਾ। ਬਾਬਾ ਭੁੰਡੜ ਜੀ ਦਾ ਮੇਲਾ ਆ, ਮੈਨੂੰ ਪਤਾ ਆ, ਅਸੀਂ ਬਹੁਤ ਮੰਨਦੇ ਆ ਬਾਬਾ ਜੀ। ਮੈਂ ਕਿਹਾ ਇੱਥੇ ਦਿੰਦੇ ਗ੍ਰਾਹੀ ਆਪਣੀ ਇਕੱਠੀ ਚੱਲਣ ਦੀ ਸੀ ਨਾ, ਫਿਰ ਸ਼ਾਮ ਨੂੰ ਮਤਲਬ ਕੀ ਕਰਦੇ ਨੇ ਨਾਂ ਦੀ, ਮੈਂ ਨਾਂ ਦੀ ਪਰਚੀ ਕੱਟ ਕੇ ਦਊਂਗਾ। ਨਹੀਂ ਉੱਥੇ ਫੜਾ ਕੇ ਠੀਕ, ਕੋਈ ਗੱਲ ਨਹੀਂ, ਕੋਈ ਨਹੀਂ, ਕੋਈ ਕੋਈ ਜਿੱਦਾਂ ਜਿੱਦਾਂ ਤੁਹਾਡਾ ਮਨ ਹੋਵੇ ਜੀ। ਓਏ ਮੇਰੀ ਗੱਲ ਸੁਣੋ ਯਾਰ, ਆਪਾਂ ਇਸ ਗਲੀ 'ਚੋਂ ਗ੍ਰਾਹੀ ਨਹੀਂ ਕਰਨੀ, ਰਹਿਣ ਦਿਓ, ਇਹਦੇ ਸਾਰੇ ਹੀ ਲੀ ਚੜਿਆ। ਆਪਾਂ ਚੱਲਦੇ ਸਰ ਰਾਜਾ ਆਟੇ ਚੱਕੀ ਕੋ, ਉਹ ਸ਼ਿੰਦੇ ਹੋਣਾ ਨੇ ਦੋਵਾਂ ਗਲੀਆਂ 'ਚ ਗ੍ਰਾਹੀ ਕਰ ਲਿਆਉਣੀ ਆ, ਆਪਾਂ ਇਕੱਲੀ ਚੱਕੀ ਵਾਲਿਆਂ ਨੂੰ ਠਾਕ ਲੈਣਾ। ਵੇਖਦੇ ਚੱਲੀ, ਮੈਂ ਪਹਿਲਾਂ ਵੀ ਇੱਕ ਦੋ ਵਾਰੀ ਸ਼ਬੀਲ ਦੇ ਨਾਂ ਤੇ ਪੈਸੇ ਫੜੇ ਆ, ਕੰਮ ਮੇਰਾ ਕੋਈ ਆਪਣਾ ਹੀ ਸੀਗਾ, ਦੇ ਦਿੰਦੇ ਹੱਸ ਕੇ। ਓ ਯਾਰ ਵੈਸੇ ਵੀ ਉਹ ਬੜੀ ਸ਼ਰਧਾ ਰੱਖਦੇ ਆ, ਉਹਨਾਂ ਕੋਲ ਜਿਹੜਾ ਮਰਜ਼ੀ ਬਾਬਾ ਆ ਜਾਵੇ, ਜਿਹਨੂੰ ਮਰਜ਼ੀ ਚੁੱਕ ਕੇ ਪੈਸੇ ਦੇ ਦਿੰਦੇ ਆ, ਆਪਾਂ ਉਹਦੇ ਦਾ ਫਾਇਦਾ ਚੁੱਕ ਲੈਣਾ। ਹਾਂਜੀ ਮਾਤਾ ਜੀ। ਨਹੀਂ 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 ਨਹੀਂ, ਆਟਾ ਦਾਲ ਨਹੀਂ ਲੈਂਦੇ ਜੀ, ਪੈਸਿਆਂ ਦੀ ਸੇਵਾ ਹੀ ਆ। ਮਾਤਾ ਨੂੰ ਕੌਣ ਦੱਸੇ ਵੀ ਤੁਹਾਨੂੰ ਹੁਣ ਆਟਾ ਦਾਲ ਤੁਹਾਨੂੰ ਕੁਛ ਬਚਣਾ ਵਾ।